प्यारे बच्चों सत श्री अकाल ਤੁਸੀਂ 10 10 ਇੰਚ ਲਾਂਗ ਨਾਲ ਗਿਣਤੀ ਸਿੱਖ ਚੁੱਕੇ ਹੋ ਅੱਜ ਆਪਾਂ 5 5 ਦੇ ਇੰਚ ਲਾਂਗ ਨਾਲ ਗਿਣਤੀ ਸਿੱਖਾਂਗੇ ਬੱਚਿਓ ਇਹ ਹੈ ਟਿੰਮੀ ਇਸ ਨੂੰ ਛਾਲਾ ਮਾਰਨ ਦਾ ਬਹੁਤ ਸ਼ੌਕ ਹੈ ਚਲੋ ਆਪਾਂ ਦੇਖੀਏ ਇਹ ਇਸ ਨੰਬਰ ਲਾਈਨ ਤੇ ਕਿਵੇਂ ਛਾਲਾ ਮਾਰਦਾ ਹੈ ਇਹ 2 ਨੰਬਰ ਤੇ ਖੜਾ ਹੈ 2 ਤੋ ਪਹੁੰਚ ਗਿਆ 7 ਤੇ 7 ਤੋਂ ਪਹੁੰਚਿਆ 12 ਤੇ ਹੁਣ ਦੇਖਦੇ ਆ ਜਦੋਂ 2 ਤੋਂ 7 ਤੇ ਪਹੁੰਚਿਆ ਕਿੰਨੇ ਨੰਬਰਾਂ ਦੀ ਛਾਲ ਲਾਈਏ ਨੇ 1 2 3 4 5 ਇਸ ਤਰ੍ਹਾਂ ਜਦੋਂ 7 ਤੋਂ 12 ਤੇ ਪਹੁੰਚਿਆ ਫਿਰ ਕਿੰਨੇ ਨੰਬਰਾਂ ਦੀ ਲਾਈ ਛਾਲ 1 2 3 4 5 ਹੁਣ ਦੱਸੋ 12 ਤੋਂ ਕਿੱਥੇ ਜਾਊਗਾ ਬਿਲਕੁਲ ਸਹੀ 17 ਤੇ 17 ਤੋਂ 22 ਤੇ 22 ਤੋਂ 27 ਤੇ 27 ਤੋਂ 32 ਤੇ 32 ਤੋਂ 37 ਤੇ ਪਹੁੰਚ ਗਿਆਂ ਹੁਣ ਦੇਖੋ ਬੱਚਿਓ 3 ਕਿੱਥੇ ਆ 3 ਤੇ 5 ਦੀ ਛਾਲ ਮਾਰੀ 8 ਤੇ ਫੇਰ 8 ਤੋਂ 13 ਤੇ 13 ਤੋਂ 5 ਦੀ ਛਾਲ ਮਾਰ ਕੇ 18 ਤੇ ਫੇਰ 23 ਤੇ 23 ਤੋਂ 28 ਤੇ 28 ਤੋਂ 33 ਦੇ 33 ਤੋਂ ਫੇਰ 5 ਦੀ ਛਾਲ ਮਾਰ ਕੇ 38 ਤੇ ਇਸ ਤਰ੍ਹਾਂ ਇਹ 5 5 ਦੀ ਛਾਲ ਮਾਰ ਕੇ ਕਿੱਥੇ ਪਹੁੰਚ ਗਿਆ 38 ਤੇ ਹੁਣ ਦੇਖੋ ਬੱਚਿਓ ਟਿੰਮੀ ਕਿੱਥੇ ਖੜਾ ਹੋਣਾ ਹੈ 4 ਤੇ ਖੜਾ ਇੱਥੋਂ ਫੇਰ ਛਾਲ ਮਾਰ ਕੇ 9 ਤੇ ਪਹੁੰਚ ਗਿਆ ਤੁਹਾਨੂੰ ਪਤਾ ਨਾ 5 ਪੈਂਦੀ ਛਾਲ ਮਾਰਦਾ ਇਹ 9 ਤੋਂ ਫੇਰ ਪਹੁੰਚ ਗਿਆ ਇਹ 14 ਤੇ 14 ਤੋਂ ਪਹੁੰਚੂਗਾ ਵੈਰੀ ਗੁੱਡ 19 ਤੇ ਫੇਰ 24 ਤੇ 24 ਤੋਂ ਬਾਅਦ 29 ਫੇਰ ਪੈਂਦੀ ਛਾਲ ਮਾਰ ਕੇ 34 ਤੇ ਫੇਰ ਪਹੁੰਚ ਗਿਆ 39 ਤੇ ਹੁਣ ਦੱਸੋ ਬੱਚਿਓ ਕਿੰਮੀ ਕਿੱਥੇ ਖੜਾ ਵਾ ਹਾਂਜੀ 6 ਤੇ ਖੜਾ 6 ਤੋਂ ਪਹੁੰਚੂਗਾ ਇਹ ਵੈਰੀ ਗੁੱਡ 11 ਤੇ 11 ਤੋਂ ਪਹੁੰਚ ਗਿਆ 16 ਤੇ ਇਸੇ ਤਰ੍ਹਾਂ 16 ਤੋਂ ਅੱਗੇ ਪਹੁੰਚ ਜੂਗਾ 21 ਤੇ ਫਿਰ 26 ਤੇ ਫਿਰ 31 ਤੇ ਫਿਰ 36 ਤੇ 41 ਤੇ ਹੁਣ ਟੀਮੀ ਹੈਗਾ 5 ਨੰਬਰ ਤੇ 5 ਦੀ ਛਾਲ ਮਾਰ ਕੇ ਪਹੁੰਚ ਗਿਆ ਇਹ 10 ਤੇ 15 ਤੇ 20 ਤੇ 25 ਤੇ 25 ਤੋਂ ਬਾਅਦ 30 ਤੇ 35 ਤੇ 40 ਤੇ ਪਹੁੰਚ ਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ 5-5 ਦੀ ਛਲਾਂਗ ਨਾਲ ਗਿਣਤੀ ਸਮਝ ਆ ਗਈ ਹੈ ਤੁਸੀਂ ਵੀ ਇਸੇ ਤਰ੍ਹਾਂ ਗਿਣਤੀ ਨੂੰ ਲਿਖ ਕੇ 5-5 ਦੀ ਛਲਾਂਗ ਲਗਾਉਣੀ ਹੈ ਤੇ ਇਹਨਾਂ ਸਵਾਲਾਂ ਨੂੰ ਸੁੰਦਰ-ਸੁੰਦਰ ਲਿਖਾਈ ਵਿੱਚ ਕਰਨਾ ਹੈ ਧੰਨਵਾਦ